ਦੁਨੀਆ ਨੇ ਇੰਨੀ ਤਰੱਕੀ ਤਾਂ ਕਰ ਲਈ ਹੈ ਕਿ ਹੁਣ ਤੱਕ ਭਾਰਤ ਸਣੇ 5 ਦੇਸ਼ਾਂ ਦੇ ਰਾਕਟ ਚੰਦਰਮਾ ਤੇ ਸੌਫਟ ਲੈਂਡਿੰਗ ਕਰ ਚੁੱਕੇ ਨੇ। 21 ਜੁਲਾਈ 1969 ਨੂੰ ਤਾਂ ਇਨਸਾਨ ਨੇ ਵੀ ਚੰਦਰਮਾ ਤੇ ਪਹਿਲਾ ਕਦਮ ਰੱਖ ਦਿੱਤਾ ਸੀ। ਹਾਲਾਂਕਿ ਚੰਦਰਮਾ ਧਰਤੀ ਤੋਂ  384,000 ਕਿਲੋਮੀਟਰ ਦੂਰ ਹੈ, ਪਰ ਫਿਰ ਵੀ ਸਾਇੰਸ ਨੇ ਇਹ ਕਮਾਲ ਕਰ ਦਿਖਾਇਆ। ਸਿਰਫ ਇੱਥੋਂ ਤੱਕ ਹੀ ਨਹੀਂ, ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਨੇ ਇਸ ਤੋਂ ਵੀ ਦੂਰ ਮੰਗਲ ਗ੍ਰਹਿ ਤੇ ਇਸ ਤਰ੍ਹਾਂ ਦੇ 6 ਰੋਬੋਟਿਕ ਰੋਵਰ ਲੈਂਡ ਕਰਵਾ ਦਿੱਤੇ ਨੇ, ਜਿਨ੍ਹਾਂ ਵਿੱਚੋਂ 3 ਤਾਂ ਅੱਜ ਵੀ ਕੰਮ ਕਰ ਰਹੇ ਨੇ। ਸਾਡੇ ਤੋਂ ਕਰੀਬ 22,50,00,000 ਕਿਲੋਮੀਟਰ ਦੂਰ ਮੰਗਲ ਗ੍ਰਹਿ ਤੇ ਸੈਰ ਕਰਦੇ ਹੋਏ ਸਾਨੂੰ ਉੱਥੋਂ ਦੀਆਂ ਅਲੱਗ ਅਲੱਗ ਤਸਵੀਰਾਂ ਭੇਜਦੇ ਰਹਿੰਦੇ ਨੇ। ਖੈਰ, ਇਸ ਤੋਂ ਵੀ ਦੂਰ ਅਸੀਂ ਅਲੱਗ ਅਲੱਗ ਗ੍ਰਹਿਆਂ ਬਾਰੇ ਜਾਣ ਚੁੱਕੇ ਹਾਂ, ਪਰ ਕਮਾਲ ਦੀ ਗੱਲ ਹੈ ਕਿ ਅਸੀਂ ਆਪਣੇ ਗ੍ਰਹਿ ਯਾਨੀ ਕਿ ਧਰਤੀ ਬਾਰੇ ਹੀ ਪੂਰੀ ਤਰ੍ਹਾਂ ਨਹੀਂ ਜਾਣ ਪਾਏ ਕਿ ਧਰਤੀ ਦੇ ਹੇਠਾਂ ਕੀ ਹੈ, ਕੀ ਹੋਵੇ ਜੇਕਰ ਇੰਨਾ ਡੂੰਘਾ ਟੋਆ ਪੁੱਟਿਆ ਜਾਵੇ ਜੋ ਧਰਤੀ ਦੇ ਆਰ ਪਾਰ ਹੋ ਜਾਵੇ। ਜੇਕਰ ਸੈਂਟਰ ਤੋਂ ਧਰਤੀ ਦੀ ਮੋਟਾਈ ਨੂੰ ਦੇਖਿਆ ਜਾਵੇ ਤਾਂ 6,000 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ। ਸਭ ਤੋਂ ਹੇਠਲੀ ਪਰਤ ਦਾ ਤਾਪਮਾਨ 4,000 ਤੋਂ 6,000 ਡਿਗਰੀ ਤੱਕ ਹੈ। ਅੱਜ ਤੱਕ ਉੱਥੇ ਕੋਈ ਪਹੁੰਚ ਨਹੀਂ ਸਕਿਆ, ਪਰ ਰੂਸ ਦੇ ਵਿਗਿਆਨੀਆਂ ਨੇ ਧਰਤੀ ਹੇਠਲੇ ਰਾਜ ਖੋਲਣ ਲਈ ਦੁਨੀਆ ਦਾ ਸਭ ਤੋਂ ਡੂੰਘਾ ਬੋਰ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਇਰਾਦਾ ਤਾਂ ਧਰਤੀ ਦੇ ਆਰ ਪਾਰ ਜਾਣ ਦਾ ਸੀ, ਪਰ 12 ਕਿਲੋਮੀਟਰ ਦੀ ਡੂੰਘਾਈ ਤੇ ਜਾਣ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਵਿਗਿਆਨੀਆਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਖੁਦਾਈ ਬੰਦ ਕਰਨੀ ਪਈ। ਆਸ ਪਾਸ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਵਿਗਿਆਨੀਆਂ ਨੂੰ ਇੱਥੇ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਕੁਝ ਲੋਕਾਂ ਨੇ ਤਾਂ ਇਸ ਨੂੰ ਨਰਕ ਦਾ ਦਰਵਾਜ਼ਾ ਵੀ ਕਿਹਾ ਕਿ ਤਾਂ ਕਰਕੇ ਵਿਗਿਆਨੀਆਂ ਨੇ ਖੁਦਾਈ ਬੰਦ ਕਰ ਦਿੱਤੀ। ਦੁਨੀਆ ਦੇ ਸਭ ਤੋਂ ਡੂੰਘੇ ਖੱਡੇ ਨੇ ਕੀ ਰਾਜ ਖੋਲੇ, ਇਹ ਵੀਡੀਓ ਵਿੱਚ ਦੇਖਾਂਗੇ। 1960-70 ਦਾ ਉਹ ਦੌਰ ਸੀ ਜਦੋਂ ਟੈਕਨੋਲੋਜੀ ਇੰਨੀ ਜ਼ਿਆਦਾ ਵਿਕਸਿਤ ਨਹੀਂ ਹੋਈ ਸੀ, ਪਰ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਇੱਕ ਤਰ੍ਹਾਂ ਦਾ ਮੁਕਾਬਲਾ ਚੱਲ ਰਿਹਾ ਸੀ ਕਿ ਕੌਣ ਪਹਿਲਾਂ ਅੰਤਰਿਕਸ਼ ਵਿੱਚ ਪਹੁੰਚੇਗਾ। ਨਾਲ ਹੀ ਹੇਠਾਂ ਪਹੁੰਚ ਕੇ ਧਰਤੀ ਬਾਰੇ ਜਾਣਨ ਦੀ ਵੀ ਰੇਸ ਚੱਲ ਰਹੀ ਸੀ। ਇਹ ਰੇਸ ਵਿੱਚ ਅਮਰੀਕਾ ਤੇ ਸੋਵੀਅਤ ਸੰਘ ਸਭ ਤੋਂ ਜ਼ਿਆਦਾ ਹਿੱਸਾ ਲੈ ਰਹੇ ਸੀ। 1957 ਵਿੱਚ ਪਹਿਲੀ ਸੈਟੇਲਾਈਟ ਲਾਂਚ ਕਰਕੇ ਸੋਵੀਅਤ ਸੰਘ ਅੰਤਰਿਕਸ਼ ਵਿੱਚ ਪਹਿਲਾਂ ਪਹੁੰਚ ਗਿਆ, ਪਰ ਧਰਤੀ ਹੇਠਾਂ ਪਹਿਲਾਂ ਜਾਣ ਵਿੱਚ ਅਮਰੀਕਾ ਨੇ ਬਾਜੀ ਮਾਰੀ। 1961 ਵਿੱਚ ਅਮਰੀਕਨ ਮਿਸਲੇਨੀਅਸ ਸੁਸਾਇਟੀ ਦੇ ਕੁਝ ਸਾਇੰਟਿਸਟਾਂ ਨੇ ਮਿਲ ਕੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਵਿੱਚ ਬੋਰ ਕਰਨਾ ਸ਼ੁਰੂ ਕੀਤਾ, ਜਿਸ ਦਾ ਨਾਮ ਰੱਖਿਆ ਗਿਆ ਪ੍ਰੋਜੈਕਟ ਮੋਹੋਲ। ਇਹ ਕੰਮ ਕਰਨ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀ ਕਿਉਂਕਿ ਸਮੁੰਦਰ ਦੀ ਸਤ੍ਹਾ ਤੇ ਰਹਿ ਕੇ ਬੋਰ ਕਰਨਾ ਸੀ, ਪਰ ਫਿਰ ਵੀ ਵਿਗਿਆਨਕਾਂ ਨੇ 183 ਮੀਟਰ ਯਾਨੀ ਕਿ ਕਰੀਬ 600 ਫੁੱਟ ਤੱਕ ਬੋਰ ਕਰ ਦਿੱਤਾ। 1966 ਵਿੱਚ ਹੀ ਇਹ ਪ੍ਰੋਜੈਕਟ ਨੂੰ ਕਈ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਵੱਡਾ ਕਾਰਨ ਬਜਟ ਦਾ ਸੀ ਕਿਉਂਕਿ ਉਦੋਂ ਇੰਨਾ ਬੋਰ ਕਰਨ ਤੇ ਹੀ 3,000 ਕਰੋੜ ਤੋਂ 3,200 ਕਰੋੜ ਦਾ ਖਰਚਾ ਆ ਗਿਆ ਸੀ। ਉਦੋਂ ਬੇਸ਼ੱਕ ਇਹ ਤਕਨੀਕ ਨਾਲ ਜ਼ਿਆਦਾ ਡੂੰਘਾਈ ਤੱਕ ਨਹੀਂ ਜਾਇਆ ਜਾ ਸਕਿਆ, ਪਰ ਇਹੀ ਤਕਨੀਕ ਨੂੰ ਬਾਅਦ ਵਿੱਚ ਸਮੁੰਦਰਾਂ ਅੰਦਰ ਤੇਲ ਦੇ ਖੂਹ ਬਣਾਉਣ ਲਈ ਵਰਤਿਆ ਜਾਣ ਲੱਗਿਆ। ਕਿਹਾ ਜਾਂਦਾ ਕਿ 1972 ਵਿੱਚ ਅਮਰੀਕਨ ਵਿਗਿਆਨੀਆਂ ਨੇ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਸੀ ਤੇ ਉਦੋਂ ਵਿਗਿਆਨੀ 31,000 ਫੁੱਟ ਦੀ ਡੂੰਘਾਈ ਤੱਕ ਜਾ ਚੁੱਕੇ ਸੀ। ਇਸ ਤੋਂ ਡੂੰਘਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਤਾਂ ਜਲਦ ਹੀ ਇਹ ਪ੍ਰੋਜੈਕਟ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਾਰੀ ਆਈ ਸੋਵੀਅਤ ਸੰਘ ਦੀ, ਜੋ ਦੁਨੀਆ ਦਾ ਸਭ ਤੋਂ ਡੂੰਘਾ ਬੋਰ ਕਰਦੇ ਕਰਦੇ 12 ਕਿਲੋਮੀਟਰ ਤੋਂ ਵੀ ਜ਼ਿਆਦਾ ਡੂੰਘਾਈ ਤੱਕ ਚਲੇ ਗਏ ਸੀ। ਤਾਂ ਸੋਵੀਅਤ ਸੰਘ ਦੇ ਰੂਸ ਦੇਸ਼ ਨੇ ਇਹ ਕੰਮ ਕਰਨ ਲਈ ਕੋਲਾ ਨਾਮ ਦੇ ਕਸਬੇ ਕੋਲ ਇੱਕ ਜਗ੍ਹਾ ਨੂੰ ਚੁਣਿਆ। ਇਹ ਪ੍ਰੋਜੈਕਟ ਦਾ ਨਾਮ ਰੱਖਿਆ ਗਿਆ ਕੋਲਾ ਸੁਪਰ ਡੀਪ ਬੋਰ ਹੋਲ। ਵੈਸੇ ਤਾਂ ਰੂਸ ਦਾ ਪਲਾਨ ਧਰਤੀ ਦੇ ਆਰ ਪਾਰ ਜਾਣ ਦਾ ਸੀ, ਪਰ ਧਰਤੀ ਦੇ ਹੇਠਾਂ ਜਾਂਦੇ ਜਾਂਦੇ ਇੱਕ ਇਹੋ ਜਿਹਾ ਪੁਆਇੰਟ ਆ ਗਿਆ ਜਿੱਥੇ ਤਾਪਮਾਨ 180 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਤਾਂ ਡਰਿੱਲਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ, ਤਾਂ ਕਈ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਉਹ ਸਿਰਫ 12,262 ਮੀਟਰ ਮਤਲਬ ਕਰੀਬ 40,230 ਫੁੱਟ ਤੱਕ ਹੀ ਜਾ ਸਕੇ। ਇਹ ਇੰਨਾ ਜ਼ਿਆਦਾ ਡੂੰਘਾ ਚਲਾ ਗਿਆ ਸੀ ਕਿ ਧਰਤੀ ਹੇਠਲੇ ਪੱਥਰਾਂ ਦੀ ਡੈਂਸਿਟੀ ਵੱਧ ਗਈ ਤੇ ਜ਼ਿਆਦਾ ਤਾਪਮਾਨ ਹੋਣ ਕਰਕੇ ਉਹ ਪਲਾਸਟਿਕ ਦੀ ਤਰ੍ਹਾਂ ਕੰਮ ਕਰਨ ਲੱਗੇ, ਜਿੰਨਾ ਅੱਗੇ ਡਰਿੱਲ ਵੀ ਫੇਲ ਸੀ। ਪਰ ਇੰਨੀ ਡੂੰਘਾਈ ਤੱਕ ਜਾ ਕੇ ਹੀ ਵਿਗਿਆਨਕਾਂ ਨੇ ਕਈ ਰਾਜ ਖੋਲੇ। ਅੱਗੇ ਵਧਣ ਤੋਂ ਪਹਿਲਾਂ ਦੱਸ ਦਈਏ ਕਿ ਧਰਤੀ ਦੀਆਂ 3 ਪਰਤਾਂ ਬਣੀਆਂ ਹੋਈਆਂ ਨੇ। ਪਹਿਲੀ ਪਰਤ 40 ਕਿਲੋਮੀਟਰ ਹੇਠਾਂ ਤੱਕ ਜਾਂਦੀ ਹੈ, ਜਿਸ ਨੂੰ ਕ੍ਰਸਟ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਵਾਲੀ ਪਰਤ ਕਰੀਬ 2900 ਕਿਲੋਮੀਟਰ ਹੋਰ ਹੇਠਾਂ ਤੱਕ ਜਾਂਦੀ ਹੈ, ਜਿਸ ਨੂੰ ਮੈਂਟਲ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਵਾਲੀ ਤੀਸਰੀ ਤੇ ਆਖਰੀ ਪਰਤ ਆਉਂਦੀ ਹੈ, ਜਿਸ ਨੂੰ ਕੋਰ ਕਿਹਾ ਜਾਂਦਾ ਹੈ। ਬਾਹਰੀ ਕੋਰ ਕਰੀਬ 2200 ਕਿਲੋਮੀਟਰ ਹੋਰ ਹੇਠਾਂ ਜਾਂਦੀ ਹੈ ਤੇ ਅੰਦਰੂਨੀ ਕੋਰ 1280 ਕਿਲੋਮੀਟਰ ਤੱਕ ਹੋਰ ਹੇਠਾਂ ਜਾਂਦੀ ਹੈ। ਕਿਹਾ ਜਾਂਦਾ ਕਿ ਇੱਥੋਂ ਤੱਕ ਪਹੁੰਚਦੇ ਤਾਪਮਾਨ 6000 ਡਿਗਰੀ
ਸੈਲਸੀਅਸ ਤੱਕ ਪਹੁੰਚ ਜਾਂਦਾ, 100 ਡਿਗਰੀ ਸੈਲਸੀਅਸ ਤੇ ਪਾਣੀ ਉੱਬਲਣ ਲੱਗ ਜਾਂਦਾ, ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਪਰ ਰੂਸ ਨੇ ਇਹ ਸਭ ਜਾਣਨ ਤੋਂ ਬਾਅਦ ਵੀ ਧਰਤੀ ਦੇ ਸਭ ਤੋਂ ਹੇਠਾਂ ਜਾਣ ਦਾ ਫੈਸਲਾ ਲੈ ਲਿਆ ਸੀ। ਇਹ ਦੁਨੀਆ ਦਾ ਸਭ ਤੋਂ ਡੂੰਘਾ ਬੋਰ ਹੋਣ ਵਾਲਾ ਸੀ। ਸਮੁੰਦਰ ਦਾ ਸਭ ਤੋਂ ਡੂੰਘਾ ਪੁਆਇੰਟ ਹੈ ਮਰੀਆਨਾ ਟ੍ਰੈਂਕ, ਉਹ ਵੀ 35,876 ਫੁੱਟ ਡੂੰਘਾ ਹੈ। ਪਰ ਇਹ ਬੋਰ ਇਸ ਤੋਂ ਵੀ ਜ਼ਿਆਦਾ ਡੂੰਘਾ ਹੋਣ ਵਾਲਾ ਸੀ। ਇਹ ਬੋਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਵਿਗਿਆਨਕਾਂ ਨੂੰ ਲੱਗ ਰਿਹਾ ਸੀ ਕਿ ਜ਼ਿਆਦਾਤਰ ਤਾਪਮਾਨ 100 ਡਿਗਰੀ ਤੱਕ ਹੀ ਜਾਵੇਗਾ, ਪਰ ਤਾਪਮਾਨ ਉਹਨਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਹੋਣ ਵਾਲਾ ਸੀ। ਜਿਵੇਂ ਹੀ ਬੋਰ ਕਰਨ ਲਈ ਖੁਦਾਈ ਸ਼ੁਰੂ ਕੀਤੀ ਗਈ ਤਾਂ ਕਿਹਾ ਜਾਂਦਾ ਕਿ ਕਈ ਵਾਰ ਬੋਰ ਟੇਢਾ ਚਲਾ ਜਾਂਦਾ ਸੀ, ਜਿਸ ਨੂੰ ਕਈ ਵਾਰ ਦੁਬਾਰਾ ਵੀ ਸ਼ੁਰੂ ਕੀਤਾ ਗਿਆ। ਇਸ ਤਰ੍ਹਾਂ ਕਈ ਮੁਸ਼ਕਲਾਂ ਤੋਂ ਬਾਅਦ ਬੋਰ ਕਰਦੇ ਜਦੋਂ 650 ਫੁੱਟ ਤੋਂ 700 ਫੁੱਟ ਦੀ ਡੂੰਘਾਈ ਤੱਕ ਪਹੁੰਚਿਆ ਗਿਆ ਤਾਂ ਵਿਗਿਆਨਕਾਂ ਨੂੰ ਧਰਤੀ ਹੇਠਲੇ ਪੱਥਰਾਂ ਵਿੱਚ ਵੀ ਪਾਣੀ ਮਿਲਿਆ। ਇਹ ਬੜੀ ਕਮਾਲ ਦੀ ਖੋਜ ਸੀ, ਕਿਉਂਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੰਨੀ ਜ਼ਿਆਦਾ ਡੂੰਘਾਈ ਵਿੱਚ ਜਾ ਕੇ ਵੀ ਪੱਥਰਾਂ ਵਿੱਚ ਪਾਣੀ ਮਿਲੇਗਾ। ਦਰਅਸਲ 700 ਫੁੱਟ ਦੀ ਡੂੰਘਾਈ ਤੇ ਹਾਈਡਰੋਜਨ ਤੇ ਆਕਸੀਜਨ ਸਮੇਤ ਕਈ ਗੈਸਾਂ ਮਿਲੀਆਂ, ਇਹਨਾਂ ਗੈਸਾਂ ਕਰਕੇ ਹੀ ਉੱਥੇ ਪਾਣੀ ਮਿਲਿਆ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਵਿਗਿਆਨਕਾਂ ਨੂੰ ਇੰਨੀ ਡੂੰਘਾਈ ਵਿੱਚ ਜਿੰਦਾ ਸੂਖਮ ਜੀਵ ਮਿਲੇ। ਇੰਨੀ ਜ਼ਿਆਦਾ ਗਹਿਰਾਈ ਵਿੱਚ ਜਿਉਂਦੇ ਸੂਖਮ ਜੀਵ ਮਿਲਣੇ, ਉਹ ਵੀ ਇੱਕ ਤਰ੍ਹਾਂ ਦੇ ਨਹੀਂ ਬਲਕਿ ਕਈ ਤਰ੍ਹਾਂ ਦੇ, ਇਹ ਬੜੀ ਕਮਾਲ ਦੀ ਗੱਲ ਸੀ। ਇਹ ਪੱਥਰ ਕਰੀਬ 280 ਕਰੋੜ ਸਾਲ ਪੁਰਾਣੇ ਸੀ, ਜਿਨ੍ਹਾਂ ਵਿੱਚ ਇਹ ਸੂਖਮ ਜੀਵ ਅੱਜ ਵੀ ਜਿੰਦਾ ਨੇ, ਉਹ ਵੀ ਇੰਨੀ ਜ਼ਿਆਦਾ ਗਹਿਰਾਈ ਦੇ ਵਿੱਚ। ਇਹ ਹੈਰਾਨੀ ਵਾਲੀ ਗੱਲ ਤਾਂ ਕਰਕੇ ਸੀ ਕਿਉਂਕਿ ਜਿਵੇਂ ਜਿਵੇਂ ਧਰਤੀ ਦੇ ਹੇਠਾਂ ਜਾਇਆ ਜਾਂਦਾ, ਉਵੇਂ ਉਵੇਂ ਹੀ ਤਾਪਮਾਨ ਵੱਧਦਾ ਚਲਿਆ ਜਾਂਦਾ, ਤਾਂ ਇੰਨੇ ਜ਼ਿਆਦਾ ਤਾਪਮਾਨ ਵਿੱਚ ਕੋਈ ਜਿਉਂਦੇ ਜੀਵ ਹੋਣੇ, ਇਹ ਆਪਣੇ ਆਪ ਵਿੱਚ ਕੁਦਰਤ ਦਾ ਚਮਤਕਾਰ ਸੀ। ਤਾਂ ਵਿਗਿਆਨਕਾਂ ਨੂੰ ਧਰਤੀ ਹੇਠਾਂ ਕਈ ਰਾਜ ਮਿਲੇ ਸੀ। ਕਿਹਾ ਜਾਂਦਾ ਕਿ ਉਹਨਾਂ ਨੂੰ ਜਨਤਕ ਨਹੀਂ ਕੀਤਾ ਗਿਆ, ਕੁਝ ਹੀ ਚੀਜ਼ਾਂ ਬਾਰੇ ਦੱਸਿਆ ਗਿਆ ਸੀ। ਜਿਵੇਂ ਜਿਵੇਂ ਵਿਗਿਆਨੀ ਬੋਰ ਡੂੰਘਾ ਕਰਦੇ ਗਏ, ਉਵੇਂ ਉਵੇਂ ਧਰਤੀ ਦੇ ਹੈਰਾਨ ਕਰਨ ਵਾਲੇ ਰਾਜ ਖੁੱਲਦੇ ਜਾ ਰਹੇ ਸੀ। ਪਰ 1994 ਵਿੱਚ ਇਹ ਬੋਰ ਨੂੰ ਅਫੀਸ਼ੀਅਲ ਤੌਰ ਤੇ ਬੰਦ ਕਰਨਾ ਪਿਆ। ਉਦੋਂ ਇਸ ਦੀ ਡੂੰਘਾਈ ਨੇ ਪਹਿਲਾਂ ਵਾਲੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਉਦੋਂ ਇਹਦੀ ਡੂੰਘਾਈ 40,230 ਫੁੱਟ ਸੀ। ਇਸ ਨੂੰ ਬੰਦ ਕਰਨ ਪਿੱਛੇ ਵਿਗਿਆਨਕਾਂ ਨੇ ਕਈ ਕਾਰਨ ਦੱਸੇ, ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਕਾਰਨ ਸੀ ਜ਼ਿਆਦਾ ਤਾਪਮਾਨ। 1994 ਵਿੱਚ ਜਦੋਂ ਇਹ ਬੋਰ ਕਰਨਾ ਬੰਦ ਕੀਤਾ ਗਿਆ ਤਾਂ ਉਦੋਂ ਵਿਗਿਆਨੀ ਇੰਨੀ ਜ਼ਿਆਦਾ ਡੂੰਘਾਈ ਤੇ ਪਹੁੰਚ ਚੁੱਕੇ ਸੀ ਕਿ ਤਾਪਮਾਨ 180 ਡਿਗਰੀ ਸੈਲਸੀਅਸ ਹੋ ਗਿਆ ਸੀ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ 100 ਡਿਗਰੀ ਸੈਲਸੀਅਸ ਤੇ ਪਾਣੀ ਉੱਬਣ ਲੱਗ ਜਾਂਦਾ ਹੈ, ਤਾਂ 180 ਡਿਗਰੀ ਸੈਲਸੀਅਸ ਤੇ ਕੀ ਹੁੰਦਾ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਤਾਂ ਜ਼ਿਆਦਾ ਤਾਪਮਾਨ ਹੋਣ ਕਰਕੇ ਡਰਿੱਲਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਉਲਟਾ ਵਿਗਿਆਨੀਆਂ ਨੇ ਤਾਂ ਸ਼ੁਰੂਆਤ ਵਿੱਚ ਸਿਰਫ 100 ਡਿਗਰੀ ਤੱਕ ਦਾ ਹੀ ਅਨੁਮਾਨ ਲਗਾਇਆ ਸੀ, ਪਰ ਫਿਰ ਵੀ ਵਿਗਿਆਨੀਆਂ ਨੇ ਹੋਰ ਹੇਠਾਂ ਜਾਣ ਦੀ ਕੋਸ਼ਿਸ਼ ਕੀਤੀ। ਪਰ ਤਾਪਮਾਨ ਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੋ ਗਿਆ, ਜਿਨ੍ਹਾਂ ਨੇ ਪੱਥਰਾਂ ਦੀ ਡੈਂਸਿਟੀ ਵਧਾ ਦਿੱਤੀ। ਇਹਨਾਂ ਵਿੱਚ ਬੋਰ ਕਰਨ ਲਈ ਡਰਿੱਲਾਂ ਨੂੰ ਹੋਰ ਜ਼ਿਆਦਾ ਪਾਵਰ ਦੀ ਲੋੜ ਸੀ, ਜੋ ਸੰਭਵ ਨਹੀਂ ਹੋ ਸਕਿਆ, ਤੇ ਇਹ ਬੋਰ ਬੰਦ ਕਰਨਾ ਪਿਆ। ਇਸ ਤੋਂ ਬਾਅਦ ਹੈਰਾਨ ਕਰਨ ਵਾਲੀ ਗੱਲ ਇਹ ਹੋਈ ਕਿ ਆਸ-ਪਾਸ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਗਿਆਨੀਆਂ ਨੂੰ ਇੱਥੇ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਲੱਗੀਆਂ ਸੀ, ਤਾਂ ਕਰਕੇ ਵਿਗਿਆਨੀਆਂ ਨੇ ਇਹ ਬੋਰ ਕਰਨਾ ਬੰਦ ਕਰ ਦਿੱਤਾ। ਲੋਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਗਿਆਨੀਆਂ ਨੂੰ ਡਰ ਸੀ ਕਿ ਅੱਗੇ ਨਰਕ ਦਾ ਦਰਵਾਜ਼ਾ ਨਾ ਖੁੱਲ ਜਾਵੇ। ਬੇਸ਼ੱਕ ਇਹ ਗੱਲਾਂ ਸੁਣਨ ਲਈ ਬੇਤੁਕੀਆਂ ਸੀ, ਪਰ ਇਹ ਗੱਲ ਲੋਕਾਂ ਵਿੱਚ ਕਾਫੀ ਜ਼ਿਆਦਾ ਫੈਲ ਗਈ ਸੀ। ਬੇਸ਼ੱਕ ਲੋਕਾਂ ਨੇ ਇਸ ਨੂੰ ਨਰਕ ਦਾ ਦਰਵਾਜ਼ਾ ਕਹਿਣਾ ਸ਼ੁਰੂ ਕਰ ਦਿੱਤਾ ਸੀ, ਪਰ ਵਿਗਿਆਨੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਅਜੀਬ ਆਵਾਜ਼ਾਂ ਦੀ ਪੁਸ਼ਟੀ ਨਹੀਂ ਕੀਤੀ। ਦਰਅਸਲ 1994 ਵਿੱਚ ਇਸ ਨੂੰ ਜਿਸ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਤਾਂ ਕਰਕੇ ਲੋਕਾਂ ਨੇ ਮਨਕੜੰਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਅੱਜ ਜੇਕਰ ਇਸ ਨੂੰ ਕੋਈ ਦੇਖਣਾ ਚਾਹੇ ਤਾਂ ਚਾਹ ਕੇ ਵੀ ਨਹੀਂ ਦੇਖ ਸਕਦਾ, ਕਿਉਂਕਿ ਜਦੋਂ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ ਸੀ ਤਾਂ ਇਸ ਨੂੰ ਪੱਕੇ ਤੌਰ ਤੇ ਹੀ ਬੰਦ ਕਰ ਦਿੱਤਾ ਗਿਆ ਸੀ, ਤਾਂ ਕਿ ਕੋਈ ਚਾਹ ਕੇ ਵੀ ਇਹ ਪ੍ਰੋਜੈਕਟ ਦੁਬਾਰਾ ਸਟਾਰਟ ਨਾ ਕਰ ਸਕੇ। ਅੱਜ ਇਹ ਰਿਸਰਚ ਸੈਂਟਰ ਵਿਰਾਨ ਪਿਆ ਨਜ਼ਰ ਆਉਂਦਾ ਹੈ, ਜਿੱਥੇ ਆਸ-ਪਾਸ ਜਗ੍ਹਾ ਨੂੰ ਸੀਮਿੰਟ ਨਾਲ ਪੱਕਾ ਬਣਾਇਆ ਗਿਆ ਸੀ, ਪਰ ਥੋੜੇ ਜਿਹੇ ਕੱਚੇ ਥਾਂ ਦੇ ਵਿੱਚੋਂ ਵਿੱਚ ਇੱਕ ਲੋਹੇ ਦਾ ਬੋਰ ਨਜ਼ਰ ਆਉਂਦਾ ਹੈ, ਜਿਸ ਨੂੰ 12 ਨਟ-ਬੋਲਟਾਂ ਨਾਲ ਪੱਕੇ ਤੌਰ ਤੇ ਬੰਦ ਕੀਤਾ ਗਿਆ। ਦਰਅਸਲ ਇਹੀ ਹੈ ਕੋਲਾ ਸੁਪਰ ਡੀਪ ਬੋਰ ਹੋਲ। ਰੂਸ ਦੇ ਵਿਗਿਆਨੀ ਜਾਂ ਹੋਰ ਕੋਈ ਅੱਜ ਤੱਕ ਧਰਤੀ ਦੇ ਆਰ ਪਾਰ ਬੋਰ ਨਹੀਂ ਕਰ ਪਾਏ, ਪਰ ਭਵਿੱਖ ਵਿੱਚ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਉਹਦੇ ਬਾਰੇ ਇੱਕ ਸਵਾਲ ਤੁਹਾਡੇ ਦਿਮਾਗ ਵਿੱਚ ਆ ਰਿਹਾ ਹੋਵੇਗਾ ਕਿ ਜੇਕਰ ਕਿਸੇ ਚੀਜ਼ ਨੂੰ ਅਜਿਹੇ ਬੋਰ ਵਿੱਚ ਸੁੱਟ ਦਿੱਤਾ ਜਾਵੇ ਜੋ ਧਰਤੀ ਦੇ ਆਰ ਪਾਰ ਜਾ ਰਿਹਾ ਹੋਵੇ ਤਾਂ ਕੀ ਹੋਵੇਗਾ। ਬਹੁਤ ਲੋਕ ਕਹਿੰਦੇ ਨੇ ਕਿ 40-45 ਮਿੰਟਾਂ ਦਾ ਸਮਾਂ ਲੱਗੇਗਾ ਧਰਤੀ ਦੇ ਆਰ ਪਾਰ ਜਾਣ ਲਈ, ਪਰ ਇਹ ਗੱਲ ਸਹੀ ਨਹੀਂ ਹੈਗੀ। ਦਰਅਸਲ ਧਰਤੀ ਤੇ ਚੁੰਬਕ ਦਰਸ਼ਾ ਕੰਮ ਕਰਦੀ ਹੈ, ਜਿਸ ਨੂੰ ਆਪਾਂ ਗ੍ਰੈਵਿਟੀ ਕਹਿੰਦੇ ਹਾਂ। ਮਤਲਬ ਧਰਤੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚ ਕੇ ਰੱਖਦੀ ਹੈ, ਜੇਕਰ ਕਿਸੇ ਚੀਜ਼ ਨੂੰ ਉੱਪਰੋਂ ਸੁੱਟਿਆ ਜਾਵੇ ਤਾਂ ਉਹ ਹੇਠਾਂ ਹੀ ਡਿੱਗਦੀ ਹੈ। ਇਸੇ ਤਰ੍ਹਾਂ ਕਿਹਾ ਜਾ ਸਕਦਾ ਕਿ ਜੇਕਰ ਅਜਿਹੇ ਬੋਰ ਵਿੱਚ ਕਿਸੇ ਚੀਜ਼ ਨੂੰ ਸੁੱਟਿਆ ਜਾਵੇ ਤਾਂ ਉਹ ਹੇਠਾਂ ਜਾਂਦਾ ਧਰਤੀ ਦੇ ਸੈਂਟਰ ਤੱਕ ਤਾਂ ਜਾ ਸਕਦਾ, ਪਰ ਉਸ ਤੋਂ ਹੇਠਾਂ
ਅਗਲੇ ਸਿਰੇ ਤੇ ਨਹੀਂ ਜਾ ਸਕਦਾ, ਉਲਟਾ ਸੈਂਟਰ ਵਿੱਚ ਹੀ ਫਸ ਜਾਵੇਗਾ, ਕਿਉਂਕਿ ਜਿਵੇਂ ਜਿਵੇਂ ਧਰਤੀ ਦੇ ਹੇਠਾਂ ਜਾਇਆ ਜਾਵੇਗਾ ਤਾਂ ਗ੍ਰੈਵਿਟੀ ਘਟਦੀ ਜਾਵੇਗੀ। ਸੈਂਟਰ ਤੱਕ ਜਾਂਦੇ ਜਾਂਦੇ ਗ੍ਰੈਵਿਟੀ ਬਿਲਕੁਲ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਸੁੱਟੀ ਹੋਈ ਚੀਜ਼ ਨਾ ਤਾਂ ਅਗਲੇ ਸਿਰੇ ਤੇ ਜਾ ਸਕੇਗੀ ਤੇ ਨਾ ਹੀ ਵਾਪਸ ਆਵੇਗੀ, ਕਿਉਂਕਿ ਧਰਤੀ ਦਾ ਸੈਂਟਰ ਆਪਣੇ ਵੱਲ ਹਰ ਚੀਜ਼ ਨੂੰ ਖਿੱਚ ਕੇ ਰੱਖਦਾ। ਦੂਸਰਾ, ਇੰਨੇ ਜ਼ਿਆਦਾ ਟੈਂਪਰੇਚਰ ਤੇ ਉਹ ਚੀਜ਼ ਖਤਮ ਹੀ ਹੋ ਜਾਵੇਗੀ। ਤਾਂ ਦੋਸਤੋ, ਦੁਨੀਆ ਦੇ ਸਭ ਤੋਂ ਡੂੰਘੇ ਬੋਰ ਬਾਰੇ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਕਰ ਸਕਦੇ ਹੋ। ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਸਕਦੇ ਹੋ। ਆਪਣੇ ਕਿਸੇ ਖਾਸ ਟੌਪਿਕ ਦੇ ਵੀਡੀਓ ਦੇਖਣ ਲਈ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਅਸੀਂ ਜਲਦੀ ਵੀਡੀਓ ਲੈ ਕੇ ਆਵਾਂਗੇ। ਤਾਂ ਦੋਸਤੋ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।